ਲੁਧਿਆਣਾ ਪੁਲਿਸ ਵੱਲੋਂ ਸਰਕਾਰੀ ਅਤੇ ਅਦਾਲਤੀ ਹਦਾਇਤਾਂ ਦਾ ਹਵਾਲਾ ਦੇ ਕੇ ਹੈਬੋਵਾਲ ਕਲਾਂ ਸਥਿਤ ਦੁਰਗਾਪੁਰੀ ਇਲਾਕੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਆਰਮਜ਼ ਲਾਇਸੈਂਸ ਬਣਾ ਕੇ ਦੇਣ ਤੋਂ ਮਨਾ ਕਰਨ ਤੇ ਅਦਾਲਤ ਨੇ ਪੁਲਿਸ ਕਮਿਸ਼ਨਰ ਆਫਿਸ ਸੀਜ਼ ਕਰਨ ਦੇ ਆਦੇਸ਼ ਦਿੱਤੇ ਹਨ। ਦਰਅਸਲ ਅਮਨਦੀਪ ਸਿੰਘ ਨੇ ਸਾਲ 2012 ਵਿੱਚ ਆਮ ਲਾਇਸੈਂਸ ਲਈ ਅਪਲਾਈ ਕੀਤਾ ਸੀ। ਪੁਲਿਸ ਵੱਲੋਂ ਇਨਕਾਰ ਕਰਨ ਤੇ ਉਸਨੇ ਸਾਲ 2014 ਵਿੱਚ ਜ਼ਿਲ੍ਹਾ ਅਦਾਲਤ ਚ ਕੇਸ ਦਾਇਰ ਕਰ ਦਿੱਤਾ। ਅਦਾਲਤ ਵੱਲੋਂ ਮਾਮਲੇ ਵਿੱਚ ਉਸਦੇ ਹੱਕ ਚ ਫੈਸਲਾ ਦੇਣ ਤੋਂ ਬਾਅਦ ਉਹਨਾਂ ਇਸ ਨੂੰ ਅਮਲ ਚ ਲਿਆਉਣ ਦੀ ਅਪੀਲ ਕੀਤੀ। ਅਪੀਲ ਕਰਤਾ ਪੱਖ ਦੇ ਮੁਤਾਬਕ ਪੁਲਿਸ ਕਮਿਸ਼ਨਰ ਵੱਲੋਂ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ ਅਤੇ ਪੁਲਿਸ ਵੱਲੋਂ ਸਹੀ ਜਵਾਬ ਨਾ ਦੇ ਸਕਣ ਤੇ ਅਦਾਲਤ ਨੇ ਪੁਲਿਸ ਕਮਿਸ਼ਨਰ ਆਫਿਸ ਦੀ ਮੂਵੇਬਲ ਪ੍ਰਾਪਰਟੀ ਸੀਜ਼ ਕਰਨ ਦੇ ਆਦੇਸ਼ ਦੇ ਦਿੱਤੇ। ਅਮਨਦੀਪ ਸਿੰਘ ਹੈਬੋਵਾਲ, ਵੱਡੀ ਹੈਬੋਵਾਲ ਦੁਰਗਾਪੁਰੀ। ਕੀ ਮਾਮਲਾ ਸੀ? ਮਾਮਲਾ ਇਹ, ਆਰਮਸ ਲਾਇਸੈਂਸ ਅਪਲਾਈ ਕੀਤਾ ਸੀਗਾ ਅਤੇ ਵਿਦਆਊਟ ਐਨੀ ਰੀਜ਼ਨ ਇਹਨਾਂ ਨੇ ਫਾਈਲ ਮੇਰੀ ਡਿਸਮਿਸ ਕਰਤੀ ਵੀ ਤੈਨੂੰ ਆਰਮਸ ਲਾਇਸੈਂਸ ਨਹੀਂ ਦੇਣਾ। ਅਤੇ ਉਹ ਹੁਣ ਉਸ ਤੋਂ ਬਾਅਦ ਮੈਂ ਕੋਰਟ ਦੇ ਵਿੱਚ ਗਿਆ ਅਤੇ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਮੇਰੇ ਪੱਖ ਦੇ ਵਿੱਚ ਆਰਡਰ ਦਿੱਤੇ ਨੇ ਵੀ ਮੈਨੂੰ ਆਰਮਸ ਲਾਇਸੈਂਸ ਮਿਲਣਾ ਚਾਹੀਦਾ। ਅਤੇ ਹੁਣ ਇੱਥੇ ਕਮਿਸ਼ਨਰ ਦਫ਼ਤਰ ਆਏ ਹਾਂ ਅਤੇ ਜਿਹੜੀ ਉਹਨਾਂ ਨੇ ਜੱਜ ਸਾਹਿਬ ਨੇ ਆਰਡਰ ਕੀਤੇ ਨੇ ਵੀ ਆਫਿਸ ਅਟੈਚ ਕੀਤਾ ਜਾਵੇ ਅਤੇ ਉਹ ਇੱਥੇ ਨਾਲ ਵਕੀਲ ਸਾਹਿਬ ਮੇਰੇ ਨਾਲ ਨੇ ਅਤੇ ਉੱਥੇ ਕਮਿਸ਼ਨਰ ਸਾਹਿਬ ਆਫਿਸ ਬੈਠੇ ਹਾਂ ਅਤੇ ਉਹ ਮੀਟਿੰਗ ਚੱਲ ਰਹੀ ਆ ਉਹਨਾਂ ਦੀ। ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਅਸੀਂ। ਬਾਰਾਂ ਤੋਂ ਬਾਦ 2014 ਦੇ ਵਿੱਚ ਜਦੋਂ ਕੇਸ ਲਾਇਆ ਸੀ ਉਸ ਤੋਂ ਬਾਅਦ ਇਹ ਕਹਿਣ ਲੱਗੇ ਵੀ ਹਾਈ ਕੋਰਟ ਦੀਆਂ ਹਦਾਇਤਾਂ ਨੇ ਵੀ ਅਸੀਂ ਤੁਹਾਨੂੰ ਆਰਮਸ ਲਾਇਸੈਂਸ ਨਹੀਂ ਦੇਣਾ, ਜਦਕਿ ਇਹ ਨਹੀਂ ਦੱਸ ਸਕੇ ਵੀ ਕਿਹੜੀ ਹਦਾਇਤ 'ਤੇ ਮੈਂ ਖਰਾ ਨਹੀਂ ਉਤਰਦਾ। ਅਤੇ ਹੁਣ ਉਸ ਤੋਂ ਬਾਅਦ ਹੁਣ ਸਾਨੂੰ ਪਿਛਲੇ ਮਹੀਨੇ ਤਰੀਕ 'ਤੇ ਕਹਿ ਰਹੇ ਸੀ ਅਸੀਂ ਤੁਹਾਨੂੰ ਆਰਮਸ ਲਾਇਸੈਂਸ ਦੇ ਦੇਣਾ ਅਤੇ ਤੁਸੀਂ ਕੋਰਟ ਦੇ ਵਿੱਚ ਅਗਲੀ ਪੈਰਵਾਈ ਨਾ ਕਰੋ ਅਤੇ ਹਜੇ ਤੱਕ ਇਹਨਾਂ ਨੇ ਕੁਛ ਨਹੀਂ ਕੀਤਾ। ਅਤੇ ਐਟ ਲਾਸਟ ਫਿਰ ਮੈਨੂੰ ਐਫੀਡੇਵਿਟ ਦੇਣਾ ਪਿਆ ਕਿ ਮੈਨੂੰ ਆਰਮਸ ਲਾਇਸੈਂਸ ਨਹੀਂ ਦੇ ਰਹੇ ਹੈਗੇ ਅਤੇ ਟਾਈਮ ਪਾਸ ਕਰ ਰਹੇ ਨੇ ਅੱਗੇ ਤੋਂ ਅੱਗੇ। ਅਤੇ ਫਿਰ ਮੈਂ ਨਿਊ ਆਰਡਰ ਲੈ ਕੇ ਆਇਆ ਆਪਣੇ ਵਕੀਲ ਸਾਹਿਬ ਦੇ ਥਰੂ ਵੀ ਆਫਿਸ ਇਹਦੇ ਨਾਲ ਅਟੈਚ ਕੀਤਾ। ਅਮਨਦੀਪ ਸਿੰਘ ਨੇ 2012 ਦੇ ਵਿੱਚ ਇੱਕ ਆਰਮਸ ਲਾਇਸੈਂਸ ਅਪਲਾਈ ਕੀਤਾ ਸੀਗਾ ਅਤੇ ਉਹ ਕਮਿਸ਼ਨਰ ਆਫਿਸ ਨੇ ਇਹਨੂੰ ਮਨਾ ਕਰਤਾ ਲਾਇਸੈਂਸ ਦੇਣ। ਉਸ ਤੋਂ ਬਾਅਦ 2014 ਦੇ ਵਿੱਚ ਅਮਨਦੀਪ ਸਿੰਘ ਨੇ ਇੱਕ ਸਿਵਲ ਸੂਟ ਫਾਈਲ ਕੀਤਾ ਵੀ ਮੈਨੂੰ ਆਰਮਸ ਲਾਇਸੈਂਸ ਇਸ਼ੂ ਕੀਤਾ ਜਾਵੇ। ਉਹ 21/10/2014 ਨੂੰ ਫਾਈਲ ਕੀਤਾ ਸੀ ਅਤੇ 21/7/2016 ਨੂੰ ਇਹ ਡਿਗਰੀ ਪਾਸ ਹੋ ਗਈ ਸੀ। ਉਸ ਤੋਂ ਬਾਅਦ ਇਹਨੇ ਐਗਜੀਕਿਊਸ਼ਨ ਲਾਈ, ਐਗਜੀਕਿਊਸ਼ਨ ਲਾਉਣ ਤੋਂ ਬਾਅਦ ਇਹਨਾਂ ਨੇ ਓਬਜੈਕਸ਼ਨ ਵਗੈਰਾ ਫਾਈਲ ਕੀਤੇ, ਇਹਨਾਂ ਦੇ ਡਿਸਮਿਸ ਹੋ ਗਏ। ਉਹ ਓਬਜੈਕਸ਼ਨ ਡਿਸਮਿਸ ਹੋਣ ਤੋਂ ਬਾਅਦ ਕਮਿਸ਼ਨਰ ਸਾਹਿਬ ਦੇ ਵਾਰੰਟ ਵੀ ਜਾਰੀ ਹੋਏ, ਉਹ ਤਮੀਲ ਨਹੀਂ ਹੋ ਸਕੇ। ਉਸ ਤੋਂ ਬਾਅਦ ਹੁਣ ਜਿਹੜਾ ਕਮਿਸ਼ਨਰ ਆਫਿਸ ਔਰ ਇਹਨਾਂ ਦੀ ਜਿਹੜੀ ਮੂਵੇਬਲ ਹੋਰ ਜਿਹੜਾ ਫਰਨੀਚਰ ਵਗੈਰਾ ਪ੍ਰੋਪਰਟੀ ਹੈ ਉਹ ਨਾਲ ਅਟੈਚ ਕਰਨ ਵਾਸਤੇ ਅਸੀਂ ਐਪਲੀਕੇਸ਼ਨ ਦਿੱਤੀ ਹੈ। ਉਹ ਕੋਰਟ ਨੇ ਐਪਲੀਕੇਸ਼ਨ ਐਕਸੈਪਟ ਕਰ ਲਈ ਔਰ ਬੈਲਫ ਨੂੰ ਭੇਜਿਆ ਹੈ ਇਹਨਾਂ ਦਾ ਆਫਿਸ ਅਟੈਚ ਕਰਨ ਵਾਸਤੇ ਔਰ ਜਿਹੜੀ ਆ ਫਰਨੀਚਰ ਇਹਨਾਂ ਦਾ ਅਟੈਚ ਕਰਨ। ਹੁਣ 5-3 ਤਰੀਕ ਹੈ, ਬੈਲਫ ਨੇ ਆਪਣੀ ਰਿਪੋਰਟ ਦੇਣੀ ਹੈ ਕੋਰਟ ਦੇ ਵਿੱਚ ਜਾ ਕੇ। ਅਤੇ ਅਗਰ ਇਹ ਨਹੀਂ ਇਸ਼ੂ ਕਰਨਗੇ ਲਾਇਸੈਂਸ ਤਾਂ ਇਹਦੀ ਆਪਸ਼ਨ ਵਗੈਰਾ ਕਰੋ ਕੋਰਟ ਜੋ ਵੀ ਆ ਜਾਂ ਤਾਲਾ ਲਗਾਉਣ ਦਾ ਆਰਡਰ ਕਰਦੇ ਆ ਉਹ ਕੋਰਟ 'ਤੇ ਡਿਪੈਂਡ। ਬਿਊਰੋ ਰਿਪੋਰਟ, ਲੁਧਿਆਣਾ ਵਿਊ।